ਫਾਜ਼ਿਲਕਾ ਦੇ ਗਾਂਧੀ ਚੌਕ ਦੇ ਨੇੜੇ ਇੱਕ ਐਕਟਿਵਾ ਸਵਾਰ ਨੇ ਖੜੇ ਮੋਟਰਸਾਈਕਲ 'ਚ ਮਾਰੀ ਟੱਕਰ। ਐਕਟਿਵਾ ਹੋਈ ਚਕਨਾਚੂਰ, ਚਾਲਕ ਬਾਲ ਬਾਲ ਬਚਿਆ। ਫਾਜ਼ਿਲਕਾ ਦੇ ਗਾਂਧੀ ਚੌਕ ਦੇ ਨੇੜੇ ਅੱਜ ਦੁਪਹਿਰ ਇੱਕ ਐਕਟਿਵਾ ਚਾਲਕ ਵੱਲੋਂ ਇੱਕ ਖੜੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ ਗਈ, ਜਿਸ ਦੇ ਚੱਲਦਿਆਂ ਐਕਟਿਵਾ ਦਾ ਕਾਫੀ ਨੁਕਸਾਨ ਹੋਇਆ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਲੇਕਿਨ ਚਾਲਕ ਬਾਲ ਬਾਲ ਬਚ ਗਿਆ। ਪਤਾ ਚੱਲਿਆ ਕਿ ਐਕਟਿਵਾ ਚਾਲਕ ਦਾ ਧਿਆਨ ਅਚਾਨਕ ਭਟਕ ਗਿਆ, ਜਿਸ ਦੇ ਚੱਲਦੇ ਉਸਦੇ ਵੱਲੋਂ ਇੱਕ ਖੜੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਉੱਡ ਕੇ ਜਾ ਡਿੱਗਿਆ, ਜਿਸ ਦੇ ਚੱਲਦਿਆਂ ਐਕਟਿਵਾ ਸਵਾਰ ਤਾਂ ਬਾਲ ਬਾਲ ਬਚ ਗਿਆ, ਲੇਕਿਨ ਐਕਟਿਵਾ ਨੂੰ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੁਰਘਟਨਾ ਦੀ ਵੀਡੀਓ ਵਟਸਐਪ ਗਰੁੱਪਾਂ ਦੇ ਵਿੱਚ ਖੂਬ ਵਾਇਰਲ ਵੀ ਹੋ ਰਹੀ ਹੈ।